ਕੀ ਬੱਚਾ ਕੀ ਸਿਆਣਾ ਹਾਏ ਜੀ ਹੋਇਆ ਮੇਰੇ ਤੇ ਭਾਰੂ ਪਾਣੀ ਦੀ ਥਾਂ ਜੱਗ ਵਿੱਚ ਪਾ ਕੇ ਰੱਖ ਤੀ ਘਰ ਦੀ ਦਾਰੂ ਮਗਰੋਂ ਕਹਿਣ ਕਲੇਜੀ ਖਾ ਲੈ ਮਗਰੋਂ ਕਹਿਣ ਕਲੇਜੀ ਖਾ ਲੈ ਚਮਚਾ ਜਿਹਾ ਲਾ ਲੈ ਮਗਰੋਂ ਕਹਿਣ ਕਲੇਜੀ ਖਾ ਲੈ ਨਰਮ ਜੀਆਂ ਮਾਰੀਆਂ ਪੱਠਾਂ ਦੀ ਨਰਮ ਜੀਆਂ ਮਾਰੀਆਂ ਪੱਠਾਂ ਦੀ ਮੈਂ ਮਗਰੋਂ ਪਛਤਾਇਆ ਨੀ ਜਦ ਜਾ ਕੇ ਚਾਚੀ ਮੈਂ ਕਸੂਤਾ ਜਦ ਜਾ ਕੇ ਚਾਚੀ ਮੈਂ ਮਗਰੋਂ ਪਛਤਾਇਆ ਨੀ ਜਦ ਜਾ ਕੇ ਜੱਟਾਂ ਦੀ ਸਰਪੰਚੀ ਵਾਲੇ ਗੀਤ ਦੀ ਫਰਮਾਇਸ਼ ਤੇ ਉਸ ਤੋਂ ਪਹਿਲਾਂ ਫੌਜੀ ਵਾਲੇ ਗੀਤ ਹਾਂ ਜ਼ਰੂਰੀ ਅਨਾਊਂਸਮੈਂਟ ਕਹਿੰਦੇ 5 ਵਜੇ ਤੱਕ ਆਪੋ ਆਪਣੇ ਜਿਹੜੇ ਵਹੀਕਲ ਪਾਰਕ ਦੇ ਵਿੱਚ ਲਾਏ ਆ ਮੋਟਰਸਾਈਕਲ ਉਹ ਵਾਪਸ ਲੈ ਲਿਓ ਕਹਿੰਦੇ ਜੀ ਉਸ ਤੋਂ ਬਾਅਦ ਕੋਈ ਬੰਦਾ ਫਿਰ ਕਿਸੇ ਦਾ ਜ਼ਿੰਮੇਵਾਰ ਨਹੀਂ ਹਾਂ 5 ਵਜੇ ਤੋਂ ਪਹਿਲਾਂ ਮੇਰਾ ਭਰਾ ਜਿਹੜੇ ਮੋਟਰਸਾਈਕਲ ਤੇ ਬਹਿ ਜਿਓ ਮਤਲਬ ਕਿ ਉਹ ਥੱਲਾ ਥੱਲੇ ਲਾ ਲਿਓ ਹੈਂ ਤਲਾਬ ਵਾਲੇ ਬੰਨੇ ਡਿੱਗੀ ਬਣੀ ਆ ਮੇਰਾ ਭਰਾ ਤੇ ਇੱਧਰ ਨਾ ਜਾਓ ਮੇਰਾ ਵੀਰ 2-3 ਵਾਰੀ ਅੱਗੇ ਵੀ ਅਨਾਊਂਸਮੈਂਟ ਕੀਤੀ ਆ ਕਿ ਇੱਧਰ ਹਾਂ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਇੱਧਰ ਨੂੰ ਨਾ ਮੇਰਾ ਵੀਰ ਜਾਓ ਤੇ ਨਹੀਂ ਤਾਂ ਕਹਿੰਦੇ ਡਾਂਗ ਫਿਰੂ ਹੈਂ ਅੱਛਾ ਕਾਰਵਾਈ ਹੋਊ ਫਿਰ ਠੀਕ ਆ ਮਿਹਰਬਾਨੀ ਸ਼ੁਕਰੀਆ ਲਓ ਫੌਜੀ ਵਾਲੇ ਗਾਣੇ ਦੀ ਫਰਮਾਇਸ਼ ਸਾਡਾ ਵੀਰ ਫੌਜੀਆਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਇੱਕ ਵਾਰੀ ਮੁਲਾਜ਼ਮਾਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਲਾ ਦਿਓ ਯਾਰ ਸਰਕਾਰੀ ਡਿਊਟੀ ਜਿਹੜੀ ਕਰਨੀ ਹੈ ਨਾ ਇਹ ਮਾੜੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਔਖੀ ਹੈ ਸਰਕਾਰੀ ਡਿਊਟੀ ਸਰਕਾਰ ਨੇ ਪਤਾ ਨਹੀਂ ਕਿੱਥੇ ਡਿਊਟੀ ਲਾ ਦੇਣੀ ਹੈ ਯਾਰ ਇਸ ਕਰਕੇ ਸਰਕਾਰੀ ਡਿਊਟੀ ਜਿਹੜੇ ਸਾਡੇ ਵੀਰ ਸਰਕਾਰੀ ਡਿਊਟੀ ਵਾਲੇ ਹੁੰਦੇ ਆ ਖਾਸ ਕਰਕੇ ਫੌਜੀ ਵੀਰ ਸਾਡੇ ਜਿਹੜੇ ਬਾਰਡਰਾਂ ਦੇ ਰਾਖੇ ਸਰਹੱਦਾਂ ਦੇ ਰਾਖੇ ਵਾਹ ਜੀ ਵਾਹ ਸਰਹੱਦਾਂ ਦੇ ਰਾਖੇ ਇੱਕ ਮਟਿਆਰ ਫੌਜੀ ਦੇ ਨਾਲ ਮਟਿਆਰ ਦੀ ਅੰਗੇਜਮੈਂਟ ਹੋ ਜਾਂਦੀ ਹੈ ਜਦੋਂ ਅੰਗੇਜਮੈਂਟ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਫੌਜੀ ਕਦੋਂ ਛੁੱਟੀ ਆਊਗਾ ਹੁਣ ਫੌਜੀ ਦੀ ਜਿਹੜੀ ਛੁੱਟੀ ਹੈ ਉਹ ਦਿਨ ਪੋ ਦਿਨ ਲੇਟ ਹੋ ਜਾ ਰਹੀ ਹੈ ਲੋ ਇੱਕ ਦਿਨ ਫੋਨ ਤੇ ਗੱਲਬਾਤ ਕਰਦੀ ਆ ਫੌਜੀ ਦੇ ਨਾਲ ਕੀ ਆਖਦੀ ਆ ਫੌਜੀ ਨੂੰ ਤੇ ਅੱਗੋਂ ਬਾਰਡਰ ਤੇ ਬੈਠਾ ਫੌਜੀ ਜਵਾਨ ਕੀ ਜਵਾਬ ਦਿੰਦਾ ਤੁਹਾਡੇ ਨਾਲ ਕਰ ਜਾਣਾ ਬਹੁਤ ਪਿਆਰਾ ਸਾਹਿਬ ਕਰੇਗੀ
ਕਿਹਾ ਬੀਤੀਆਂ ਬਾਤਾਂ ਯਾਦ ਕਰੇਗੀ ਹਾਏ ਬੀਤੀਆਂ ਬਾਤਾਂ ਬੋਲੀਆਂ ਨਾ ਮਾਰਨੀ ਬਾਹਾਂ ਗੋਰੀਆਂ ਦਾ ਮੇਰੀ ਗੱਲ ਹਾਰਨੀ ਨਿੱਤ ਫੂਨੀ ਉੱਤੇ ਬੋਲੀਆਂ ਨਾ ਮਾਰਨੀ ਬਾਹਾਂ ਗੋਰੀਆਂ ਦਾ ਮੇਰੇ ਗੱਲ ਹਾਰਨੀ ਨਿੱਤ ਫੂਨੀ ਉੱਤੇ ਬੋਲੀਆਂ ਨਾ ਮਾਰਨੀ ਬਾਹਾਂ ਗੋਰੀਆਂ ਦਾ ਮੇਰੇ ਗੱਲ ਹਾਰਨੀ ਜਦੋਂ ਪਾਉਣਾ ਤੂੰ ਬੋਤੇ ਨੀ ਦਿਨ ਜਦੋਂ ਪਾਉਣਾ ਤੂੰ ਬੋਤੇ ਨੀ ਦਿਨ ਜਦੋਂ ਪਾਉਣਾ ਤੂੰ ਬੋਤੇ ਨੀ ਦਿਨ ਦੂਰ ਸੋਣੀਏ ਹੋ ਜੂ ਲੋਹੜੀ ਵੇਲੇ ਲੋਹੜੀ ਵੇਲੇ ਛੁੱਟੀ ਮਨਜ਼ੂਰ ਸੋਣੀਏ ਲੋਹੜੀ ਵੇਲੇ ਛੁੱਟੀ ਮਨਜ਼ੂਰ ਸੋਣੀਏ ਲੋਹੜੀ ਵੇਲੇ ਛੁੱਟੀ ਮਨਜ਼ੂਰ ਸੋਣੀਏ ਹੋਜੂ ਲੋਹੜੀ ਵੇਲੇ ਤੈਨੂੰ ਕੀ ਦੱਸਾਂ ਕਿੰਨਾ ਮਜਬੂਰ ਸੋਣੀਏ ਹੋ ਜੂ ਲੋਹੜੀ ਵੇਲੇ ਛੁੱਟੀ ਮਨਜ਼ੂਰ ਸੋਣੀਏ ਹੋ ਜੂ ਲੋਹੜੀ ਵੇਲੇ ਛੁੱਟੀ ਮਨਜ਼ੂਰ ਸੋਣੀਏ ਨੀ ਹੋ ਜੂ ਲੋਹੜੀ ਵੇਲੇ ਤੇਰੇ ਬਾਜੂ ਦਿਲ ਸਾਡਾ ਨਹੀਂ ਉਹ ਲੱਗਦਾ
ਭਾਜੋ ਦਿਲ ਸਾਡਾ ਨਹੀਂ ਉਹ ਲੱਗਦਾ ਜੱਗ ਵਾਲਾ ਮੇਲਾ ਸੁਣਨਾ ਸੁਣਨਾ ਲੱਗਦਾ ਲੱਗਦਾ ਤੇਰੇ ਬਾਜੋ ਦਿਲ ਸਾਡਾ ਲੱਗਦਾ ਜਮਾਰਾ ਡੀਟਾ ਕਰਦੀ ਪਈ ਰੋਈ ਰਾਂਝਣ ਮਿਲਵਾ ਦੇ ਰੱਬਾ ਪਾਵੀ ਨਾ ਦੂਰ ਤਰੀਕਾ ਵਿਛੜਿਆ ਯਾਰ ਮਲਾ ਦੇ ਓਏ ਸੱਜਣਾ ਦੇ ਬੇ ਸੱਜਣਾ ਦੇ ਬੇ ਕਰਾ ਦੇ ਓਏ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ ਜੀ ਹਾਂਜੀ 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 ਹਾਂ ਬਈ ਹਾਂ ਬਈ ਵਧੀਆ ਜੀ ਵਧੀਆ ਜੀ ਅੱਛਾ ਅੱਛਾ ਹਾਂ ਹਾਂ ਆਪਾਂ ਉਹ ਵੀਰ ਦੀ ਗੱਲ ਸੁਣ ਯਾਰ ਭਲਵਾਨ ਉਹਦੀ ਸੁਣ ਕੇ ਯਾਰ ਪਰਦੇਸੀ ਸੱਜਣਾ ਓਏ ਹੋਏ 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 ਕਿਆ ਬਾਤ ਹੈ ਮੇਰਾ ਦਿਲ ਤਾਂ ਕਰਦਾ ਮੈਂ ਸਾਰਾ ਗਾਈ ਜਾਵਾਂ ਪਰ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ।